ਉਹ ਜਿਹੜਾ ਜੀ ਨਿਊਜ਼ ਵਾਲਾ ਸੀ ਨਾ ਉਹ ਕਹਿੰਦਾ ਸੀ ਪੰਜਾਬ ਦੇ ਛੋਟੇ ਕੋਈ ਆਂਸਰ ਨਹੀਂ ਹੈ ਨਾ ਹੀ ਕੋਈ ਤੋੜ ਫੋੜ ਕਰ ਰਿਹਾ ਹੈ ਨਾ ਹੀ ਕੋਈ ਬੈਰੀਅਰ ਤੋੜ ਰਿਹਾ ਹੈ ਸਭੀ ਅਸੀਂ ਤਾਂ ਪੰਜਾਬ ਦਾ ਮੀਡੀਆ ਪੰਜਾਬ ਦੇ ਉਹ ਜਿਹੜੇ ਜੀ ਨਿਊਜ਼ ਵਾਲੇ ਨੇ ਉਹ ਬਦਨਾਮ ਖੜੇ ਆ ਜੀ ਸੰਘੂ ਬਾਰਡਰ ਤੇ ਤੁਸੀਂ ਦੇਖ ਸਕਦੇ ਆ ਇਸ ਟਾਈਮ ਇਹ ਸਿੱਧਾ ਰਾਹ ਚੰਡੀਗੜ੍ਹ ਤੇ ਕਰਨਾਲ ਨੂੰ ਜਾ ਰਿਹਾ ਇੱਕ ਪਾਸੇ ਪੂਰੀ ਫੌਜ ਲੱਗੀ ਆ ਤੇ ਕਹਿੰਦਾ ਪੂਰੀ ਮਿਲਟਰੀ ਲੱਗੀ ਆ ਤੇ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਟਰਾਲੀਆਂ ਭਰ ਭਰ ਕੇ ਸੰਘਰਸ਼ ਕਰਨ ਲਈ ਇੱਥੇ ਪਹੁੰਚੇ ਹੋਏ ਆ ਤੇ ਇਸ ਦੂਸਰੀ ਸਾਈਡ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਸਾਈਡ ਇਹ ਦਿੱਲੀ ਆ ਤੇ ਸਾਹਮਣੇ ਜਿੱਥੇ ਨੌਜਵਾਨ ਬੈਠੇ ਆ ਤੇ ਉੱਥੇ ਤਾਰਾਂ ਲੱਗੀਆਂ ਹੋਈਆਂ ਜਾਲ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਗੁਰੂ ਤੇਗ ਬਹਾਦਰ ਮੈਮੋਰੀਅਲ ਤੇ ਭਾਰੀ ਪੁਲਿਸ ਤਾਇਨਾਤ ਆ ਇੱਥੇ ਤੇ ਲਗਾਤਾਰ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਚੱਲ ਰਹੀਆਂ ਨੇ ਇੱਕ ਪਾਸੇ ਦਿੱਲੀ ਦੀ ਪੁਲਿਸ ਖੜ੍ਹੀ ਆ ਅਤੇ ਦੂਜੇ ਪਾਸੇ ਨੌਜਵਾਨ ਖੜ੍ਹੇ ਨੇ ਨੌਜਵਾਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਘੁੰਮਣ ਫਿਰਨ ਤੋਂ ਰੋਕਿਆ ਜਾ ਰਿਹਾ ਅਸੀਂ ਕੋਈ ਹੁੱਲੜਬਾਜ਼ ਨਹੀਂ ਹੈਗੇ ਅਸੀਂ ਆਪਣੇ ਹੱਕਾਂ ਲਈ ਇੱਥੇ ਆਏ ਹਾਂ ਅਤੇ ਦੂਸਰੇ ਪਾਸੇ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਖੜ੍ਹੀ ਆ ਅੱਜ ਇੱਥੇ ਗੱਲ ਹੋਈ ਆ ਜੀ ਨਿਊਜ਼ ਵਾਲੇ ਆਏ ਸੀ ਨੈਸ਼ਨਲ ਮੀਡੀਆ ਆਇਆ ਸੀ ਗੱਲਬਾਤ ਕਰਨ ਇੱਥੇ ਕਿਸਾਨਾਂ ਨਾਲ ਪਰ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਲਗਾਤਾਰ ਵਿਰੋਧ ਜਾਰੀ ਆ ਨੈਸ਼ਨਲ ਮੀਡੀਆ ਦਾ ਬਾਰਡਰ ਤੇ ਖੜੇ ਜਵਾਈ ਦੇਖ ਸਿੰਘਾਂ ਨੇ ਲਈ ਅੰਗੜਾਈ ਦੇਖ ਦਿੱਲੀ ਪਈ ਲਕਾਈ ਦੇਖ ਕੰਬਦੇ ਸੁਣਿਆ ਹਕਮ ਸਾਰੇ ਬਾਰਡਰ ਤੇ ਖੜੇ ਜਵਾਈ ਦੇਖ ਨਾ ਖਰਚਾ ਕਰਨ ਦੇ ਹੱਕ ਸੀ ਨਾ ਖਰਚਾ ਕਰਾਉਣ ਦੇ ਹੱਕ ਸੀ ਤੂੰ ਹੀ ਵਾਅਦਾ ਵਧਾ ਲਿਆ ਦਿੱਲੀਏ ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਸੀ ਸਾਰੀ ਬਰਾਤੀ ਸਾਰੇ ਮੁੰਡੇ ਸਹੀ ਨੇ ਕੋਈ ਸ਼ਰਾਰਤੀ ਅੰਸਰ ਨਹੀਂ ਹੈਗਾ ਆਪਣੇ 'ਚ ਸਾਰੇ ਪੰਜਾਬ ਦੇ ਮੁੰਡੇ ਨੇ ਸਾਡੇ ਭਾਈ ਨੇ ਸਾਰੇ ਵੈਸੇ ਹੀ ਤਿੱਖਣੇ ਆ ਜਾਂਦੇ ਨੇ ਉਰੇ ਕੋਈ ਐਸੀ ਗੱਲ ਨਹੀਂ ਪੰਜਾਬ ਦੇ ਉਹ ਜਿਹੜੇ ਜੀ ਨਿਊਜ਼ ਵਾਲੇ ਨੇ ਉਹ ਬਦਨਾਮ ਕਰਦੇ ਨੇ ਉਹਨਾਂ ਨੂੰ ਮੈਂ ਕਹਿ ਕੇ ਆ ਵੀ ਸਾਰੇ ਬੰਦੇ ਵੈਸੇ ਹੀ ਦੇਖਣ ਆ ਜਾਂਦੇ ਨੇ ਦੇਖੋ ਉੱਧਰ ਵੀ ਤਾਂ ਲੋਕ ਫਿਰਦੇ ਹੀ ਨੇ ਕੋਈ ਇੱਥੇ ਵੀ ਫਿਰਦੇ ਨੇ ਉੱਧਰ ਲੱਖਾਂ ਹੀ ਹਜ਼ਾਰਾਂ ਹੀ ਸੰਗਤ ਫਿਰਦੀ ਹੈ ਉਸੇ ਤਰ੍ਹਾਂ ਹੀ ਅਸੀਂ ਫਿਰਦੇ ਹਾਂ ਸ਼ਾਂਤੀ ਭਰੇ ਅੰਦੋਲਨ ਕੋਈ ਸ਼ੋਰ ਨਹੀਂ ਕੋਈ ਸ਼ਰਾਬ ਨਹੀਂ ਹਮ ਜੋ ਪ੍ਰੋਟੈਸਟ ਕਰ ਰਹੇ ਸਰਕਾਰ ਅੱਗੇ ਸ਼ਾਂਤੀ ਭਰੇ ਅੰਦੋਲਨ ਕਰ ਰਹੇ ਕੋਈ ਬੰਦਾ ਸ਼ਰਾਰਤੀ ਨਹੀਂ ਹੈ ਮੈਂ ਯੂਨੀਅਨ ਕਾ ਬੰਦਾ ਹੂੰ ਮੇਰਾ ਨਾਮ ਝੰਡੇ ਪਰ ਲਿਖਾ ਹੈ ਲੋਗੋ ਹਮਾਰਾ ਲਗਾ ਹੁਆ ਹੈ ਕੋਈ ਬੰਦਾ ਸ਼ਰਾਰਤੀ ਆਂਸਰ ਨਹੀਂ ਹੈ ਨਾ ਹੀ ਕੋਈ ਤੋੜ ਫੋੜ ਕਰ ਰਿਹਾ ਹੈ ਨਾ ਹੀ ਕੋਈ ਬੈਰੀਅਰ ਤੋੜ ਰਿਹਾ ਹੈ ਸਭੀ ਮੀਡੀਆ ਵਾਲੇ ਝੂਠ ਦਿਖਾ ਰਹੇ ਹੈ ਕੋਈ ਬੈਰੀਅਰ ਨਹੀਂ ਤੋੜ ਰਿਹਾ ਸਭੀ ਲਗੇ ਹੈ ਸ਼ਾਂਤੀ ਬੜੇ ਹਮ ਖੜੇ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਜਿੰਦਾਬਾਦ 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 ਜਿੰਦਾਬਾਦ
भाई यार उधर से कहा कि उधर ना करो, हम दूर आ गए, पता क्या हम यहाँ आ गए, अब आप लोग यहाँ आ गए, खबरी गलत है तो किसान आप हमसे पक्ष रख रहे हैं, आपको हमसे दिक्कत है, विरोध है, आप विरोध करिए, लेकिन झगड़ा कर उनके इस तरह से कुछ नहीं होगा। मैं प्रधान हूँ, अगर आपका ही आंदोलन खराब होगा कोई नहीं करेगा, प्रधान कोई कुछ नहीं कहेगा। थैंक यू पंजाब से है, छोटे छोटे जो है अपने यूट्यूब चैनल वो छोटे छोटे ही है क्या, छोटे छोटे नहीं है, छोटे 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 नहीं है, बाबे नानक का लंगर है साढ़े 500 साल तो इस तरह से बात कल कोई खबर उल्टा नहीं होनी चाहिए किसान छोटे तो तुम हो, छोटे पंजाब दे मीडिया नू एक मिनट बाजी पारी मर जा दसियो हुण की होया तुसी क्यों विरोध करदे पए सी? असी भीरे विरोध करदे सी, ओ जिहड़े जी न्यूज़ वाला सी ना ओ कहिंदा सी पंजाब दे छोटे छोटे मीडिया वाले आ आपां छोटे छोटे मीडिया वाले आपां तां जागदियां जमीर वाले आ जागदियां अणखां वाले आ सच दिखाउणे आ ये 24 घंटे झूठ दिखाउंदे ने किसानां दे हक च नहीं खड़दे हर एक गल सरकार दे हक च लैके जांदे ने किसानां नूं हर एक जगह माड़ा दिखाया जांदा कुछ नौजवान ने इधर देखण आ जांदे ने उन्हां दा हंगामा सरकार तक दिखाउंदे ने बदनाम करदे ने भी पंजाब दे जो किसान ने भड़कदे ने कोई भड़कदा नहीं सारा कुछ सही है बैरीकेडिंग सही है असी किसान हाँ मेरा नाम बूटा सिंह डोल्टा देखो मेरा झंडे ते नाम है पिंड बालियां जिला संगरूर फोन नंबर जे मेरा झंडा भी कोई चक्के ले जाए जे मैंने कोई 10 लाख भी दे ना झंडा नहीं मैं किसी दिता ठीक है लोगो साढ़े लगे हुए ने ते ए सानू कहंदे ने कहंदे किसान ही नहीं है असी किसान हाँ सारे साढ़े कोल आईडी प्रूफ ने मीडिया च खबरां चलदियां कि जिद्दां कहंदे वे किसानां दे कोल महंगे महंगे फोन कित्थों आ गए महंगीआं महंगीआं गड्डियां कित्थों आ गईआं असी मेहनत करदे आं मेरे कोल तां 20 मझां भी ने घरे ट्रैक्टर भी है असी मेहनत करदे आं ओह तां कहण दी गल आ वे साडे कोल तां 1.5 करोड़ दे झोटे भी तां इहनां ने जे दुध कराउणी होवे दस्सां इहनां दस्सां हां साडे कोल 2 करोड़ दे झोटे भी ने दस्सां सानूं 2 करोड़ दे झोटे ने भी 2 करोड़ दी 9-9 करोड़ दे दो ढाई ढाई लाख दी कितने मझां मेरी बात सुन मेरी मेरी भैण न्यूजीलैंड गई हुई है ठीक है साड़ी आमदन 1-1.5 लाख रुपये महीने की अलग आ गई जिदा वो कुछ भी कर सकता सारा सारा पंजाब बाहर बैठेगा
ਇਹ ਤਾਂ ਬਹੁਤ ਕੁਝ ਝੂਠ ਬੋਲਣਗੇ ਖੇਤੀ ਛੱਡਦੀ ਹੈ ਖੇਤੀ ਦਾ ਸਾਡਾ ਹਾਂ ਬਜ਼ੁਰਗਾਂ ਅਸੀਂ ਮਿਹਨਤ ਕਰਦੇ ਹਾਂ ਜੀ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇ ਸਾਡੇ ਕੋਲ ਪੈਸੇ ਆ ਤਾਂ ਮਿਹਨਤ ਦੇ ਆ ਇੰਨਾ ਕੁ ਜ਼ਮੀਰਾਂ ਵੇਚ ਕੇ ਨਹੀਂ ਪੈਸੇ ਕਮਾਏ ਹੋਏ ਜ਼ਮੀਰਾਂ ਵੇਚ ਕੇ ਪੈਸੇ 9 ਲੱਖ ਦੇ ਪੈਨ ਨਹੀਂ ਲਾਉਂਦੇ ਅਸੀਂ ਜੇਬਾਂ ਨੂੰ ਹਾਂ ਸਹੀ ਗੱਲ 9 ਲੱਖ ਦਾ ਝੋਟਾ ਤਾਂ ਪਾਲ ਲੈਨੇ ਆ ਪਰ 9 ਲੱਖ ਦਾ ਪੈਨ ਨਹੀਂ ਲੈਂਦੇ ਹੈਗੇ ਇਹਨਾਂ ਨੂੰ ਪੁੱਛੀ ਜੇ ਕੋਈ ਨਵੇਂ ਦੁੱਧ ਕਰਾਉਣੀ ਦੇ ਹਾਂ ਪੁੱਛ ਲੈ ਜੇ ਕੋਈ ਨਵੇਂ ਦੁੱਧ ਗੱਪਣ ਗੱਪਣ ਕਰਾਉਣੀ ਆ ਤਾਂ ਕਰ ਦਾਂਗੇ ਅਸੀਂ ਤਾਂ